ਜਦੋਂ ਗੁਰੂ ਗ੍ਰੰਥ ਸਾਹਿਬ ਨੂੰ ਲੈ ਕੇ ਕੋਈ ਚਰਚਾ ਹੁੰਦੀ ਹੈ ਕਿ ਇਕੱਲੇ ਸਿੱਖਾਂ ਦਾ ਨਹੀਂ ਹੈ, ਉਹ ਕੌਣ ਲੋਕ ਨੇ ਜਿਹੜੇ ਬੋਲਣਗੇ ਸਾਡੇ ਚ ਆ ਕੇ ਕਿ ਗੁਰੂ ਗ੍ਰੰਥ ਸਾਹਿਬ ਦੇ ਵਿੱਚ ਬ੍ਰਾਹਮਣਾਂ ਦੀ ਬਾਣੀ ਹੈ, ਬ੍ਰਾਹਮਣਾਂ ਦੀ ਬਾਣੀ ਆ। ਬ੍ਰਾਹਮਣ ਕੌਣ ਹੈ? ਬ੍ਰਾਹਮਣ ਗੁਰੂ ਹੈ। ਤੁਹਾਡੇ ਚੋਂ ਬਹੁਤੇ ਪਰਿਵਾਰ ਉਹ ਬੈਠੇ ਆ ਜਿਹਨਾਂ ਦੇ ਪੁਰਖ ਆ ਬ੍ਰਾਹਮਣ, ਜਿਹਨਾਂ ਦੇ ਗੁਰੂ ਆ ਬ੍ਰਾਹਮਣ। ਉਹ ਡਿਸਕਸ਼ਨ, ਉਹ ਕਨਵਰਸੇਸ਼ਨ, ਉਹ ਟੇਬਲ ਟਾਕ, ਉਹ ਮੁਹੱਬਤ ਦੀ ਗੋਸ਼ਟੀ ਉਹ ਕੌਣ ਕਰਨਗੇ ਜਿਹੜੇ ਓਪਨਲੀ ਕਹਿਣਗੇ ਕਿ ਭਾਈ ਇਹ ਸਾਰਿਆਂ ਦਾ ਹੀ ਹੈ, ਇਹਦੇ 'ਚ ਬਾਬਾ ਸ਼ੇਖ ਫਰੀਦ ਬੈਠਾ, ਮੁਸਲਮਾਨ ਆਵੇ ਪੜ੍ਹੇ। ਮੈਨੂੰ ਭਾਗਵਤ ਪੜ੍ਹਨ ਤੋਂ ਕਿਉਂ ਰੋਕਿਆ? ਇਹ ਹਰ ਇਨਸਾਨ ਦਾ ਸਵਾਲ ਹੋਵੇ, ਮੈਨੂੰ ਗ੍ਰੰਥ ਪੜ੍ਹਨ ਤੋਂ ਕਿਉਂ ਰੋਕਿਆ? ਜੇ ਮੈਂ ਕੁਰਾਨ 'ਚੋਂ ਜਾਣਨਾ ਚਾਹਿਆ ਕਿ ਕੁਰਾਨ 'ਚ ਕੀ ਲਿਖਿਆ ਹੈ, ਮੁਹੰਮਦ ਸਾਹਿਬ ਨੇ ਕੀ ਫਰਮਾਨ ਸੁਣਾਇਆ, ਕੀ ਸਿੱਖਿਆ ਦਿੱਤੀ ਹੈ, ਮੈਨੂੰ ਪੜ੍ਹਨ ਤੋਂ ਕਿਉਂ ਰੋਕਿਆ ਕੋਈ? ਗ੍ਰੰਥੀ ਨੇ ਨਾ ਜੀ, ਗ੍ਰੰਥ ਨੇ ਜਿਹੜੇ ਸਾਨੂੰ ਜ਼ਿੰਦਗੀ 'ਚ ਆਉਣੀ ਸਿਖਾਉਂਦੇ ਹੈ। ਜੇ ਮੈਂ ਸਿੱਖ ਹਾਂ, ਮੈਂ ਮੰਦਿਰ 'ਚ ਜਾ ਕੇ ਕੋਈ ਚੰਗੀ ਚੀਜ਼ ਕਿਉਂ ਨਹੀਂ ਸਿੱਖ ਸਕਦਾ? ਸਿੱਖ ਸਕਦਾ ਮੈਂ ਵੀ ਹੈ। ਜੇ ਮੰਦਿਰ 'ਚ ਮੈਂ ਜਾਂਦਾ, ਮੈਨੂੰ ਗਾਉਣ 'ਚ ਕੀ ਪ੍ਰੋਬਲਮ ਹੈ? ਮੈਨੂੰ ਤਾਂ ਗਾ ਕੇ ਚੰਗਾ ਲੱਗਦਾ ਹੈ। ਕੀ ਨਾਲ ਨਾਲ ਗਾਇਓ, ਅਰੇ ਦੁਆਰ, ਅਰੇ ਅਰੇ ਦੁਆਰ ਪਾਲੋ ਕਨ੍ਹਈਆ ਸਿਖ ਦੋ, ਅਰੇ ਦੁਆਰ ਪਾਲੋ ਕਨ੍ਹਈਆ ਸਿਖ ਦੋ, ਅਰੇ ਦੁਆਰ ਪਾਲੋ ਕਨ੍ਹਈਆ ਸਿਖ ਦੋ, ਕਿ ਦਰ ਪੇ ਸੁਦਾਮਾ ਗਰੀਬ ਆ ਗਿਆ ਹੈ। ਦਰ ਪੇ ਸੁਦਾਮਾ ਗਰੀਬ ਆ ਗਿਆ ਹੈ। ਫਟਕਦੇ ਫਟਕਦੇ ਨਾ ਜਾਣੇ ਕਹਾਂ ਸੇ, ਫਟਕਦੇ ਫਟਕਦੇ ਨਾ ਜਾਣੇ ਕਹਾਂ ਸੇ, ਫਟਕਦੇ ਫਟਕਦੇ ਨਾ ਜਾਣੇ ਕਹਾਂ ਸੇ। ਹੁਣ ਮੈਨੂੰ ਗੱਲ ਦੱਸੋ, ਇੱਕ ਆਹ ਭਜਨ ਗਾਉਣ ਨਾਲ ਮੇਰੇ ਸਿੱਖ ਨੂੰ ਕੋਈ ਖਤਰਾ ਹੈ? ਬੋਲਿਆ ਕਰੋ ਯਾਰ, ਹੈ ਤੇ ਕਿਉਂ ਨਾ ਇਹ ਮੁਹੱਬਤ ਦੀਆਂ ਬਾਤਾਂ, ਇਹ ਸੱਚੀਆਂ ਬਾਤਾਂ ਰਲ ਮਿਲ ਕੇ ਪਾਈਆਂ ਜਾਣ। ਮੇਰੀ ਤੁਹਾਡੇ ਨਾਲ ਜੀ ਇਸ ਮੁਲਾਕਾਤ 'ਚ ਇਹ ਨਾ ਸਮਝਿਓ ਕਿ ਮੈਂ ਇਹ ਕਹਿੰਦਾ ਕਿ ਇੱਥੋਂ ਕੋਈ ਹਿੰਦੂ ਸਿੱਖ ਡਾਂਗਾ ਚੱਕੀ ਫਿਰਦਾ, ਨਾ ਚਿੱਲ ਮਾਹੌਲ ਆ ਪੂਰਾ। ਪਰ ਗਵਾਈਆਂ ਬਾਬਿਓ, ਇਹ ਸੋਸਾਇਟੀ ਲਈ ਜ਼ਿੰਮੇਵਾਰ ਹਾਂ। ਇਕੱਲੇ ਗਾਣੇ ਗਾ ਕੇ ਮਸਤ ਬਣਾ ਦੇਣਗੇ, ਚਾਰ ਲੱਤਾਂ ਬਾਹਾਂ ਮਾਰ ਕੇ ਸਰਜੂ ਮੇਰਾ, ਤੁਸੀਂ ਨੱਚ ਲਓਗੇ ਜਾ ਬਣੋਗੇ। ਪਰ ਜੀ ਕਰਦਾ ਇਸ ਮਿੱਟੀ 'ਤੇ ਜੰਮੇ ਜਾਏ ਹਾਂ ਯਾਰ, ਹੈ ਇੱਥੇ ਜੰਮੇ ਜਾਏ ਹਾਂ। ਚਾਰ ਲੋਕਾਂ ਪਿੱਛੇ ਲੱਗ ਕੇ ਆਪਦੇ ਘਰੇ ਕਲੇਸ਼ ਪਾਉਣ ਵਾਲੇ ਬੰਦੇ ਵਾਲੇ ਸਿਆਣੇ ਨਹੀਂ ਹੁੰਦੇ। ਇਸ ਕਰਕੇ ਇੰਨੀ ਖੁੱਲ੍ਹ ਦਿਲੀ ਨਾ ਰਹੋ, ਸਾਰਿਆਂ ਦਾ ਸਤਿਕਾਰ ਕਰੋ, ਸਭ ਨੂੰ ਮੁਹੱਬਤ ਦਿਓ, ਹੈ ਨੀਵਾਂ ਹੋ ਕੇ ਲੰਘ ਜਾ, ਬਹੁਤ ਸੁੱਖ ਪਾਏਗਾ। ਉਹ
ਅਰੇ ਕਿਹਨੂੰ ਹੱਸ ਦੱਸਦੇ ਕਹਿੰਦਾ ਕਰ ਦਿਲਜੀਤ ਨੂੰ ਡੂ ਯੂ ਨੋ ਰੱਬ ਕਿਵੇਂ ਮਿਲਦਾ ਡੂ ਯੂ ਨੋ ਇਹ ਦਿਲ ਭੈੜਾ ਕਿਵੇਂ ਖਿਲਦਾ ਮੈਂ ਮੰਗਿਆ ਨੋ ਮਿਹਰਬਾਨੀ ਆਹ ਤੁਸੀਂ ਲੈ ਲਓ ਪਲੀਜ਼ ਫਿਰ ਆਪਾਂ ਉਹ ਵੀ ਲੈਣੇ ਜੀ ਫਿਰ ਅਸੀਂ ਲੈ ਲੈਣੇ ਜੀ ਆਹ ਤੁਸੀਂ ਲੈ ਲਓ ਆਹੀ ਤਾਂ ਮਸਲਾ ਡੂ ਯੂ ਨੋ ਰੱਬ ਕਿਵੇਂ ਮਿਲਦਾ ਡੂ ਯੂ ਮੈਨੂੰ ਪਤਾ ਦਲਜੀਤ ਨੇ ਤਾਂ ਸ਼ਰਾਰਤਾਂ ਕੀਤੀਆਂ ਕਿ ਡੂ ਯੂ ਨੋ ਇਹਨੂੰ ਇੱਧਰਲੇ ਪਾਸੇ ਲਾ ਲਾ ਮਿਹਰਬਾਨੀ ਜੀ ਪੈਸੇ ਨਾ ਜੀ ਕੋਈ ਦਿਓ ਨਾਲੇ ਹੁਣ ਪੈਸੇ ਨਹੀਂ ਚਾਹੀਦੇ ਭਟਕਦੇ ਭਟਕਦੇ ਨਾ ਜਾਣੇ ਕਹਾਂ ਸੇ ਤੁਮਾਰੇ ਮਹਿਲ ਕੇ ਕਰੀਬ ਆ ਗਿਆ ਹੈ ਆਏ ਸੇ ਰੰਗ ਚੜਾ ਦੇਣਗੇ ਬੀਬਾ ਨਾ ਜਾਈ ਮਸ